ਜਲੰਧਰ ਦੇ ਜੋਗਿੰਦਰ ਨਗਰ 'ਚ ਸ਼ੱਕ ਦੇ ਚਲਦਿਆਂ ਪਤਨੀ ਨੇ ਅਜਿਹੀ ਖੌਫਨਾਕ ਘਟਨਾ ਨੂੰ ਅੰਜਾਮ ਦਿੱਤਾ ਕਿ ਸੁਣ ਕੇ ਰੌਂਗਟੇ ਖੜੇ ਹੋ ਜਾਣਗੇ। ਚਰਿੱਤਰ ਤੇ ਸ਼ੱਕ ਦੇ ਚਲਦੇ ਪਤਨੀ ਨੇ ਆਪਣੇ ਪਤੀ ਦਾ ਗੁਪਤ ਅੰਗ ਕਰ ਦਿੱਤਾ। ਰੂਹ ਕੰਬਾ ਦੇਣ ਵਾਲੀ ਇਸ ਘਟਨਾ ਨੂੰ ਉਦੋਂ ਅੰਜਾਮ ਦਿੱਤਾ ਗਿਆ ਜਦੋਂ ਪਤੀ ਰਾਤ ਨੂੰ ਗੂੜੀ ਨੀਂਦ ਸੁੱਤਾ ਪਿਆ ਸੀ। ਹਸਪਤਾਲ 'ਚ ਦਾਖਲ ਜ਼ਖਮੀ ਵਿਅਕਤੀ ਜ਼ਿੰਦਗੀ ਤੇ ਮੌਤ ਦੇ ਨਾਲ ਲੜ ਰਿਹਾ ਹੈ। ਦਰਅਸਲ ਜ਼ਖਮੀ ਦੀ ਪਤਨੀ ਨੂੰ ਉਸਦੇ ਪਤੀ ਤੇ ਸ਼ੱਕ ਸੀ ਕਿ ਉਸਦੇ ਬਾਹਰਲੀ ਔਰਤ ਦੇ ਨਾਲ ਨਜਾਇਜ਼ ਸੰਬੰਧ ਨੇ, ਜਿਸ ਦੇ ਚਲਦੇ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਆਜ਼ਾਦ ਸਿੰਘ ਸਾਨੂੰ ਕਿਰਪਾਲ ਸਿੰਘ ਜੋਗਿੰਦਰ ਨਗਰ ਦਾ ਰਹਿਣ ਵਾਲਾ ਹੈ। ਇਹ ਰਾਤ ਨੂੰ ਸੁੱਤਾ ਪਿਆ ਸੀ ਅਤੇ ਇਸਦੇ ਸੁੱਤੇ ਪਏ ਅਤੇ ਇਸਦੀ ਵਾਈਫ ਸੁਖਵੰਤ ਕੌਰ ਨੇ ਇਸਦਾ ਪ੍ਰਾਈਵੇਟ ਪਾਰਟ ਜਿਹੜਾ ਹੈਗਾ ਉਹ ਰਿਮੂਵ ਕਰ ਦਿੱਤਾ, ਰਿਮੂਵ ਕਰਕੇ ਉਹਨੂੰ ਡਿਸਪੋਜ਼ ਆਫ ਕਰ ਦਿੱਤਾ ਹੈਗਾ। ਉਹ ਸੀਰੀਅਸ ਕੰਡੀਸ਼ਨ ਦੇ ਵਿੱਚ ਜਿਹੜਾ ਜੌਲ ਹੋਸਪਿਟਲ ਜਲੰਧਰ ਅੰਡਰ ਟ੍ਰੀਟਮੈਂਟ ਚੱਲ ਰਿਹਾ ਹੈਗਾ। ਜਿਹੜੀ ਇਹ ਇੰਸੀਡੈਂਟ ਹੋਇਆ ਇਹਦੇ ਬਾਰੇ ਹੋਰ ਵੈਰੀਫਿਕੇਸ਼ਨ ਅਸੀਂ ਕਰ ਰਹੇ ਹੈਗੇ, ਜਾਂਚ ਪੜਤਾਲ ਜਾਰੀ ਹੈਗੀ। ਕੀ ਕਾਰਨ ਕੀ ਸੀਗਾ ਜਿਹੜਾ ਇਹ ਇਹਨਾਂ ਨੇ ਪ੍ਰਾਈਵੇਟ ਪਾਰਟ? ਹਜੇ ਤੱਕ ਜਿਹੜੀ ਗੱਲ ਸਾਡੇ ਕੋਲ ਸਾਹਮਣੇ ਆਈ ਹੈ ਉਹ ਇਹੀ ਹੈ ਕਿ ਵਾਈਫ ਨੂੰ ਇਹ ਲੱਗਦਾ ਸੀਗਾ ਕਿ ਉਹ ਉਸਦੇ ਹਸਬੈਂਡ ਦੇ ਸ਼ਾਇਦ ਬਾਹਰ ਕੋਈ ਇਲੀਗਲ ਰਿਲੇਸ਼ਨ ਨੇ, ਜਿਹਦੇ ਸ਼ੱਕ ਦੇ ਤਹਿਤ ਉਹਨੇ ਕਾਰਵਾਈ ਕੀਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਪਤਨੀ ਫਰਾਰ ਹੋ ਗਈ ਹੈ, ਜਿਸ ਖਿਲਾਫ਼ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਭਾਲ ਸ਼ੁਰੂ ਕੀਤੀ ਗਈ ਹੈ। ਜਲੰਧਰ ਤੋਂ ਸੋਨੂ ਦੀ ਰਿਪੋਰਟ।